इस पॉडकास्ट ते तुहाडा स्वागत ते मैं तुहाडा अपना शायरी यार। अज दे इस प्रोग्राम तुसी सुनोगे उर्दू अदब दे मकबूल अदीब राजेंद्र सिंह बेदी दी लिखी हुई कहानी रहमान दी जुत्ती। सारा दिन काम करने पिछों जदों बुढ़ा रहमान घर पहुंचया तो उसनू डाढ़ी भुख लगी हुई सी। जीना दी मां, जीना दी मां, उसने उच्ची आवाज विच कहा, रोटी पा दे बस झटपट। बुढ़ी उदों कपड़े प्योई बैठी सी। इस तों पहलां कि ओह अपने हाथ पूंजदी, रहमान ने झट अपनी जुत्ती ला के मंजी हेठ सरका दित्ती ते खद्दर दे मुल्तानी चादरे नू जरा उच्चा चुक के मंजी उत्ते निठ के बैठदा होया बोलिया, बिस्मिल्ला। बुढ़ापे विच भुख जवान हो जांदी है। रहमान दी बिस्मिल्ला बुढ़ापे ते जवानी दी उस दौड़ विच थाली नालों बड़ी पहलां ते खासी दूर निकल गई सी। ते बुढ़ी ने अजे ताईं सज्जे कपड़े धोण वाला सोडा ते नील वाले हथ दुपट्टे नाल नहीं सी पूंजे। जीना दी मां पिछले 40 वरियां तों अपने हथ दुपट्टे नाल ही पूंजदी रही सी ते रहमान लगभग इन्ने अरसे तों ही उस उत्ते खिंचदा रहा सी। पर अज अचानक वह भी उसकी समा बचाउण दी आदत नूं सलाउण लग पिया सी। रहमान बोलिया, जीना दी मां जरा जल्दी। ते बुढ़ी अपने 40 साल पुराने सुभा अनुसार बोली, ओहो जरा साह तां लै लै बाबा तूं। सो सबबी रहमान दी निगाह अपनी जुत्ती उत्ते जा पई जिहड़ी उन्हें काल विच ला के मंजी हेठ सरका दित्ती सी। रहमान दी एक जुत्ती दूजी उत्ते चढ़ी हुई सी। ਇਹ ਭਵਿੱਖ ਵਿੱਚ ਕਿਸੇ ਸਫ਼ਰ 'ਤੇ ਜਾਣ ਦੀ ਨਿਸ਼ਾਨੀ ਸੀ। ਰਹਿਮਾਨ ਨੇ ਹੱਸਦਿਆਂ ਹੋਇਆਂ ਕਿਹਾ, ਅੱਜ ਫੇਰ ਮੇਰੀ ਜੁੱਤੀ ਜੁੱਤੀ 'ਤੇ ਚੜ੍ਹੀ ਹੋਈ ਹੈ। ਜੀਨਾ ਦੀ ਮਾਂ, ਅੱਲਾ ਜਾਣੇ ਕਿਹੜੇ ਸਫ਼ਰ 'ਤੇ ਜਾਣਾ ਮੈਂ। ਜੀਨਾ ਨੂੰ ਮਿਲਣ ਜਾਣਾ, ਹੋਰ ਕਿੱਥੇ ਜਾਣਾ ਤੈਂ। ਬੁੱਢੀ ਬੋਲੀ, ਐਵੇਂ ਤਾਂ ਨਹੀਂ ਤੇਰਾ ਗੋਦੜ ਧੋਂਦੀ ਪਈ ਮੈਂ। ਬੁੱਢਿਆ, ਦੋ ਡਬਲੀ ਪੈਸਿਆਂ ਦਾ ਤਾਂ ਸੋਡਾ ਹੀ ਲੱਗ ਗਿਆ ਏ ਅਤੇ ਤੂੰ ਕਦੇ ਦੋ ਪੈਸੇ ਕਮਾਏ ਵੀ ਹੈ? ਆਹੋ ਸੱਚ, ਕੱਲ੍ਹ ਮੈਂ ਆਪਣੀ ਇਕਲੌਤੀ ਬੱਚੀ ਜੀਨਾ ਨੂੰ ਮਿਲਣ ਅੰਬਾਲੇ ਜਾਣਾ, ਤਾਂ ਇਹ ਜੁੱਤੀ ਜੁੱਤੀ ਨਾਲੋਂ ਵੱਖ ਹੋਣ ਦਾ ਨਾਂ ਨਹੀਂ ਲੈਂਦੀ ਪਈ। ਪਿਛਲੇ ਸਾਲ ਵੀ ਜਦੋਂ ਇਹ ਜੁੱਤੀ ਜੁੱਤੀ 'ਤੇ ਚੜ੍ਹੀ ਸੀ ਤਾਂ ਰਹਿਮਾਨ ਨੂੰ ਪਰਚੀ ਪਾਉਣ ਖਾਤਰ ਜ਼ਿਲ੍ਹਾ ਕਚਹਿਰੀ ਜਾਣਾ ਪਿਆ ਸੀ। ਉਸ ਨੂੰ ਉਸ ਸਾਲ ਦਾ ਸਫ਼ਰ ਅਤੇ ਜੁੱਤੀਆਂ ਦੀ ਕਰਤੂਤ ਚੰਗੀ ਤਰ੍ਹਾਂ ਯਾਦ ਸੀ। ਜ਼ਿਲ੍ਹਾ ਕਚਹਿਰੀ ਤੋਂ ਵਾਪਸੀ ਵੇਲੇ ਉਸ ਨੂੰ ਪੈਦਲ ਹੀ ਆਉਣਾ ਪਿਆ ਸੀ ਕਿਉਂਕਿ ਬਣਨ ਵਾਲੇ ਮੈਂਬਰ ਨੇ ਤਾਂ ਵਾਪਸੀ ਦਾ ਕਿਰਾਇਆ ਵੀ ਨਹੀਂ ਸੀ ਦਿੱਤਾ। ਉਸ ਵਿੱਚ ਮੈਂਬਰ ਦਾ ਕਸੂਰ ਵੀ ਨਹੀਂ ਸੀ, ਬਲਕਿ ਜਦੋਂ ਰਹਿਮਾਨ ਪਰਚੀ ਉੱਤੇ ਨੀਲੀ ਚਰਖੀ ਦਾ ਨਿਸ਼ਾਨ ਲਾਉਣ ਲੱਗਿਆ ਤਾਂ ਉਸਦੇ ਹੱਥ ਕੰਬ ਗਏ ਸਨ ਅਤੇ ਘਬਰਾਹਟ ਵਿੱਚ ਨਿਸ਼ਾਨ ਕਿਸੇ ਦੂਜੇ ਮੈਂਬਰ ਦੇ ਹੱਕ ਵਿੱਚ ਲੱਗ ਗਿਆ ਸੀ। ਜੀਨਾ ਨੂੰ ਮਿਲਿਆ 2 ਸਾਲ ਹੋ ਚੁੱਕੇ ਸਨ। ਜੀਨਾ ਅੰਬਾਲੇ ਵਿਆਹੀ ਹੋਈ ਸੀ। ਉਹਨਾਂ 2 ਸਾਲਾਂ ਵਿੱਚ ਆਖਰੀ ਕੁਝ ਮਹੀਨੇ ਰਹਿਮਾਨ ਨੇ ਬੜੀ ਔਖ ਨਾਲ ਬਿਤਾਏ ਸਨ। ਉਸਨੂੰ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਕੋਈ ਮਗਦੀ ਹੋਈ ਪਾਥੀ ਉਹਦੇ ਦਿਲ ਉੱਤੇ ਰੱਖੀ ਹੋਵੇ। ਜਦੋਂ ਉਸਨੂੰ ਜੀਨਾ ਨੂੰ ਮਿਲਣ ਦਾ ਖਿਆਲ ਆਉਂਦਾ ਤਾਂ ਉਸਨੂੰ ਕੁਝ ਸ਼ਾਂਤੀ, ਕੁਝ ਤਸੱਲੀ ਜਿਹੀ ਹੁੰਦੀ। ਜਦੋਂ ਮਿਲਣ ਦਾ ਖਿਆਲ ਹੀ ਇੰਨਾ ਤਸੱਲੀ ਭਰਿਆ ਸੀ ਤਾਂ ਮਿਲਣਾ ਕਿਹਾ ਹੋਵੇਗਾ? ਬੁੱਢਾ ਰਹਿਮਾਨ ਬੜੀ ਹਸਰਤ ਨਾਲ ਸੋਚਦਾ, ਉਹ ਆਪਣੀ ਲਾਡਲੀ ਧੀ ਨੂੰ ਮਿਲੇਗਾ ਅਤੇ ਫਿਰ ਤਲੰਗਿਆਂ ਦੇ ਸਰਦਾਰ ਅਲੀ ਮੁਹੰਮਦ ਨੂੰ। ਪਹਿਲਾਂ ਤਾਂ ਉਹ ਰੋਏਗਾ, ਫਿਰ ਹੱਸਣ ਲੱਗੇਗਾ, ਫਿਰ ਰੋ ਪਵੇਗਾ ਅਤੇ ਆਪਣੇ ਨਿੱਕੇ ਦੋਤਰੇ ਨੂੰ ਗਲੀਆਂ ਬਾਜ਼ਾਰਾਂ ਵਿੱਚ ਖੜਾਉਂਦਾ ਫਿਰੇਗਾ। ਇਹ ਤਾਂ ਮੈਂ ਭੁੱਲ ਹੀ ਗਿਆ ਸੀ ਜੀਨਾ ਦੀ ਮਾਂ। ਰਹਿਮਾਨ ਨੇ ਮੰਜੀ ਦੀ ਇੱਕ ਟੁੱਟੀ ਹੋਈ ਰੱਸੀ ਨੂੰ ਆਦਤ ਅਨੁਸਾਰ ਆਪਸ ਵਿੱਚ ਰਗੜ ਕੇ ਤੋੜਦਿਆਂ ਹੋਇਆਂ ਕਿਹਾ, ਬੁਢਾਪੇ ਵਿੱਚ ਚੇਤਾ ਕਿੰਨਾ ਮਾੜਾ ਹੋ ਜਾਂਦਾ। ਅਲੀ ਮੁਹੰਮਦ ਜੀਨਾ ਦਾ ਘਰ ਵਾਲਾ ਸੀ। ਨਰੋਆ ਜਵਾਨ ਸੀ ਉਹ, ਸਿਪਾਹੀ ਤੋਂ ਤਰੱਕੀ ਕਰਦਾ ਕਰਦਾ ਨਾਇਕ ਬਣ ਗਿਆ ਸੀ। ਤਲੰਗੇ ਉਸ ਨੂੰ ਆਪਣਾ ਸਰਦਾਰ ਕਹਿੰਦੇ ਸਨ। ਅਮਨ ਸ਼ਾਂਤੀ ਦੇ ਦਿਨਾਂ ਵਿੱਚ ਅਲੀ ਮੁਹੰਮਦ ਬੜੇ ਜੋਸ਼ ਨਾਲ ਹਾਕੀ ਖੇਡਦਾ ਹੁੰਦਾ ਸੀ। NWR ਪੁਲਿਸਮੈਨ ਬ੍ਰਿਗੇਡ ਵਾਲੇ, ਯੂਨੀਵਰਸਿਟੀ ਵਾਲੇ ਉਸਨੇ ਸਾਰੇ ਹੀ ਹਰਾ ਦਿੱਤੇ ਸਨ। ਹੁਣ ਤਾਂ ਉਹ ਆਪਣੀ MT ਨਾਲ ਬਸਰਾ ਜਾਣ ਵਾਲਾ ਸੀ ਕਿਉਂਕਿ ਇਰਾਕ ਵਿੱਚ ਰਸ਼ੀਦ ਅਲੀ ਕਾਫ਼ੀ ਤਾਕਤ ਇਕੱਠੀ ਕਰ ਚੁੱਕਿਆ ਸੀ। ਇਸ ਹਾਕੀ ਕਰਕੇ ਹੀ ਅਲੀ ਮੁਹੰਮਦ ਕੰਪਨੀ ਕਮਾਂਡਰ ਦੀਆਂ ਨਜ਼ਰਾਂ ਵਿੱਚ ਖਾਸਾ ਚੜ੍ਹ ਗਿਆ ਸੀ। ਨਾਇਕ ਬਣਨ ਤੋਂ ਪਹਿਲਾਂ
ਉਹ ਜੀਨਾ ਨਾਲ ਬੜਾ ਚੰਗਾ ਸਲੂਕ ਕਰਦਾ ਸੀ ਪਰ ਉਹ ਪਿੱਛੋਂ ਉਹ ਆਪਣੀਆਂ ਹੀ ਨਜ਼ਰਾਂ ਵਿੱਚ ਏਡਾ ਵੱਡਾ ਹੋ ਗਿਆ ਕਿ ਚਰਨਾਂ ਵਿੱਚ ਬੈਠੀ ਜੀਨਾ ਉਸ ਨੂੰ ਨਜ਼ਰ ਹੀ ਨਹੀਂ ਸੀ ਆਉਂਦੀ। ਉਸ ਦਾ ਇੱਕ ਕਾਰਨ ਹੋਰ ਵੀ ਸੀ। ਮਿਸਿਸ ਹੌਲੈਟ ਕੰਪਨੀ ਕਮਾਂਡਰ ਦੀ ਘਰਵਾਲੀ ਨੇ ਇਨਾਮ ਵੰਡ ਸਮਾਗਮ ਸਮੇਂ ਅੰਗਰੇਜ਼ੀ ਵਿੱਚ ਅਲੀ ਮੁਹੰਮਦ ਨੂੰ ਕੁਝ ਕਿਹਾ ਸੀ ਜਿਸ ਦਾ ਅਨੁਵਾਦ ਸੂਬੇਦਾਰ ਨੇ ਕੀਤਾ ਸੀ। ਮੈਂ ਚਾਹੁੰਦੀ ਹਾਂ ਤੇਰੀ ਸਟਿੱਕ ਨੂੰ ਚੁੰਮ ਲਵਾਂ। ਅਲੀ ਮੁਹੰਮਦ ਦਾ ਖਿਆਲ ਸੀ ਇਹ ਸ਼ਬਦ ਸਟਿੱਕ ਨਹੀਂ ਹੋਣਾ ਕੁਝ ਹੋਰ ਹੋਵੇਗਾ। ਬੜੇ ਈਰਖਾਲੂ ਸੁਭਾਅ ਦਾ ਆਦਮੀ ਹੈ ਸੂਬੇਦਾਰ। ਅੰਗਰੇਜ਼ੀ ਵੀ ਤਾਂ ਗੁਹਾਣੇ ਤਾਈਂ ਦੀ ਹੀ ਪੜ੍ਹਿਆ ਏ। ਰਹਿਮਾਨ ਨੂੰ ਇੰਜ ਮਹਿਸੂਸ ਹੋਣ ਲੱਗਿਆ ਜਿਵੇਂ ਉਸਨੇ ਆਪਣੇ ਜਵਾਈ ਨੂੰ ਨਹੀਂ ਕਿਸੇ ਵੱਡੇ ਆਫਿਸਰ ਨੂੰ ਮਿਲ ਜਾਣਾ ਹੈ। ਉਸਨੇ ਮੰਜੀ ਤੋਂ ਝੁੱਕ ਕੇ ਜੁੱਤੀ ਤੋਂ ਜੁੱਤੀ ਲਾਹੀ ਜਿਵੇਂ ਉਹ ਅੰਬਾਲੇ ਜਾਣ ਤੋਂ ਡਰਦਾ ਹੋਵੇ। ਇਸ ਅਰਸੇ ਵਿੱਚ ਜੀਨਾ ਦੀ ਮਾਂ ਰੋਟੀ ਲੈ ਆਈ। ਅੱਜ ਉਸਨੇ ਆਸੋਂ ਉਲਟ ਮੀਟ ਬਣਾਇਆ ਹੋਇਆ ਸੀ। ਜੀਨਾ ਦੀ ਮਾਂ ਨੇ ਬੜੀ ਮੁਸ਼ਕਲ ਨਾਲ ਮੰਡੀਓਂ ਮੀਟ ਮੰਗਵਾਇਆ ਸੀ ਅਤੇ ਉਸ ਵਿੱਚ ਕਾਫ਼ੀ ਸਾਰਾ ਘਿਓ ਪਾਇਆ ਹੋਇਆ ਸੀ। 6 ਮਹੀਨੇ ਪਹਿਲਾਂ ਰਹਿਮਾਨ ਨੂੰ ਤਿੱਲੀ ਦੀ ਖਰਾਬੀ ਦਾ ਰੋਗ ਲੱਗ ਗਿਆ ਸੀ। ਇਸ ਲਈ ਉਹ ਗੁੜ, ਤਿਲ, ਬੈਂਗਣ, ਮਸਰਾਂ ਦੀ ਦਾਲ, ਮੀਟ ਅਤੇ ਚਿਕਨਾਈ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਦਾ ਸੀ। ਇਹਨਾਂ 6 ਮਹੀਨਿਆਂ ਦੇ ਅਰਸੇ ਵਿੱਚ ਰਹਿਮਾਨ ਨੇ ਸ਼ਾਇਦ ਸੇਰ ਦੇ ਲਗਭਗ ਨਸ਼ਾਦਰ ਲੱਸੀ ਵਿੱਚ ਘੋਲ ਕੇ ਪੀ ਲਿਆ ਸੀ ਤਾਂ ਕਿਤੇ ਜਾ ਕੇ ਉਹਦੀ ਸਾਹ ਦੀ ਤਕਲੀਫ ਕੁਝ ਘੱਟ ਹੋਈ ਸੀ। ਭੁੱਖ ਲੱਗਣ ਦੇ ਨਾਲ ਨਾਲ ਉਹਦੇ ਪਿਸ਼ਾਬ ਦੀ ਪੀਲਕ ਸਫੈਦੀ ਵਿੱਚ ਬਦਲ ਗਈ ਸੀ। ਅੱਖਾਂ ਦਾ ਗੰਧਲਾ ਅਤੇ ਧੁੰਦਲਾਪਣ ਜਿਵੇਂ ਦਾ ਤਿਵੇਂ ਹੀ ਸੀ। ਪਲਕਾਂ ਦਾ ਫੜਕਣਾ ਉਵੇਂ ਹੀ ਸੀ ਅਤੇ ਚਮੜੀ ਕਾਲੀ ਸਿਆਹ ਹੋ ਗਈ ਸੀ। ਮੀਟ ਵੇਖ ਕੇ ਰਹਿਮਾਨ ਹਰਖ ਗਿਆ। ਬੋਲਿਆ, 4-5 ਦਿਨ ਪਹਿਲਾਂ ਤੂੰ ਬੈਂਗਣ ਬਣਾਏ ਸੀ, ਉਦੋਂ ਮੈਂ ਚੁੱਪ ਰਿਹਾ। ਪਰਸੋਂ ਮਸਰਾਂ ਦੀ ਦਾਲ ਬਣਾਈ ਸੀ, ਉਦੋਂ ਵੀ ਮੈਂ ਚੁੱਪ ਰਿਹਾ। ਤੂੰ ਬਸ ਚਾਹੁੰਦੀ ਹੈ ਬਈ ਮੈਂ ਬੋਲਾਂ ਹੀ ਨਾ, ਮਰੀ ਮਿੱਟੀ ਦਾ ਬਣਿਆ ਰਹਾਂ। ਸੱਚ ਕਹਿ ਰਿਹਾ ਮੈਂ ਤੈਨੂੰ, ਮਾਰਨ 'ਤੇ ਤੁਲੀ ਹੋਈ ਹੈ ਤੂੰ ਮੈਨੂੰ। ਜੀਨਾ ਦੀ ਮਾਂ ਬੁੱਢੀ ਨੂੰ ਪਹਿਲੇ ਦਿਨ ਤੋਂ ਹੀ, ਜਿਸ ਦਿਨ ਉਸਨੇ ਬੈਂਗਣ ਬਣਾਏ ਸਨ, ਰਹਿਮਾਨ ਤੋਂ ਇਹੋ ਕੁਝ ਸੁਣਨ ਦੀ ਆਸ ਸੀ। ਪਰ ਰਹਿਮਾਨ ਦੀ ਚੁੱਪ ਤੋਂ ਬੁੱਢੀ ਨੇ ਉਲਟੇ ਹੀ ਅਰਥ ਲਾਏ। ਦਰਅਸਲ ਬੁੱਢੀ ਨੇ ਇੱਕ ਨਖੱਟੂ ਪਿੱਛੇ ਆਪਣੇ ਸਾਰੇ ਸਵਾਦ ਤਿਆਗ ਦਿੱਤੇ ਸਨ। ਬੁੱਢੀ ਦੇ ਸੋਚਣ ਦਾ ਢੰਗ ਵੀ ਨਿਆਰਾ ਸੀ। ਜਦੋਂ ਦੀ ਉਹ ਮੋਟੇ ਢਿੱਡ ਵਾਲੇ ਉਸ ਢਾਂਚੇ ਨਾਲ ਵੱਜੀ ਸੀ, ਉਸਨੇ ਸੁੱਖ ਹੀ ਕਿਹੜਾ ਵੇਖਿਆ ਸੀ। ਫਿਰ ਇੱਕ ਤਰਬੂਜ ਤੋਂ ਤਿਲਕ ਕੇ ਗੋਡਾ ਤੜਵਾ ਬੈਠਣ ਪਿੱਛੋਂ ਪੈਨਸ਼ਨ ਲੈ ਲਈ ਸੀ ਉਸਨੇ ਅਤੇ ਘਰੇ ਬੈਠਾ ਉਹ ਰਹਿੰਦਾ ਸੀ। ਬੁੱਢੀ ਨੇ ਕੱਪੜੇ ਨਿਚੋੜਦਿਆਂ ਹੋਇਆਂ ਕਿਹਾ, ਤੂੰ ਨਾ ਖਾ ਬਾਬਾ, ਤੇਰੀ ਖਾਤਰ ਮੈਂ ਮਰਨਾ ਸੁੱਖੇ? ਮੈਨੂੰ ਤਾਂ ਰੋਜ਼ ਰੋਜ਼ ਦਾਲ ਚੰਗੀ ਨਹੀਂ ਲੱਗਦੀ। ਰਹਿਮਾਨ ਦਾ ਜੀ ਕੀਤਾ ਕਿ ਉਹ ਮੰਜੀ ਤੋਂ ਉੱਠ ਕੇ ਜੁੱਤੀ ਚੁੱਕ ਲਏ ਅਤੇ ਉਸ ਬੁੱਢੀ ਦੇ ਸਿਰ 'ਤੇ ਰਹੇ ਸਹੇ ਵਾਲ ਵੀ ਝਾੜ ਦੇਵੇ। ਸਿਰ ਦੀ ਖੁਸ਼ਕੀ ਦੇ ਲੱਥਦਿਆਂ ਹੀ ਬੁੱਢੀ ਦਾ ਜਮਾਂਦਰੂ ਨਜ਼ਲਾ ਵੀ ਠੀਕ ਹੋ ਜਾਵੇਗਾ। ਪਰ ਕੁਝ ਗਰਾਈਆਂ ਮੂੰਹ ਵਿੱਚ ਪਾਉਣ ਪਿੱਛੋਂ ਤੁਰੰਤ ਉਸਨੇ ਸੋਚਿਆ, ਪਿੱਤਾ ਵਧਿਆ ਤਾਂ ਵਧਿਆ ਰਹੇ, ਕਿੱਡਾ ਸਵਾਦ ਮੀਟ ਬਣਾਇਆ ਜੀਨਾ ਦੀ ਮਾਂ ਨੇ, ਮੈਂ ਵੀ ਲੂਣਾ ਸ਼ਿਕਰਾਂ ਪੂਰਾ। ਅਤੇ ਫਿਰ ਰਹਿਮਾਨ ਚਟਕਾਰੇ ਲੈ ਕੇ ਮੀਟ ਖਾਣ ਲੱਗ ਪਿਆ। ਤਰੀ ਵਿੱਚ ਭਿੱਜੀ ਬੁਰਕੀ ਉਹਦੇ ਮੂੰਹ ਵਿੱਚ ਜਾਂਦੀ ਤਾਂ ਉਸਨੂੰ ਖਿਆਲ ਆਉਂਦਾ, ਆਖਰ ਉਸਨੇ ਜੀਨਾ ਦੀ ਮਾਂ ਨੂੰ ਕਿਹੜਾ ਸੁੱਖ ਦਿੱਤਾ ਹੈ। ਉਹ ਚਾਹੁੰਦਾ ਸੀ ਕਿ ਤਹਿਸੀਲ ਵਿੱਚ ਚਪੜਾਸੀ ਲੱਗ ਜਾਏ ਅਤੇ ਫਿਰ ਉਹਨਾਂ ਦੇ ਪੁਰਾਣੇ ਦਿਨ ਮੁੜ ਆਉਣਗੇ। ਖਾਣ ਪਿੱਛੋਂ ਰਹਿਮਾਨ ਨੇ ਆਪਣੀਆਂ ਉਂਗਲਾਂ ਪੱਗ ਦੇ ਲੜ ਨਾਲ ਪੂੰਝੀਆਂ ਅਤੇ ਉਹ ਉੱਠ ਖੜਾ ਹੋਇਆ। ਕਿਸੇ ਅੱਧ ਚੇਤਨ ਅਹਿਸਾਸ ਵੱਸ ਉਸਨੇ ਆਪਣੀ ਜੁੱਤੀ ਚੁੱਕੀ ਅਤੇ ਦਲਾਨ ਵਿੱਚ ਇੱਕ ਦੂਜੀ ਨਾਲੋਂ ਅੱਡ ਕਰਕੇ ਰੱਖ ਦਿੱਤੀ। ਪਰ ਇਸ ਸਫ਼ਰ ਤੋਂ ਛੁਟਕਾਰਾ ਨਹੀਂ ਸੀ ਹੋਣਾ, ਹਾਲਾਂਕਿ ਆਪਣੀ 8 ਦਿਨਾਂ ਦੀ ਮੱਕੀ ਨੂੰ ਗੋਡੀ ਕਰਨਾ ਵੀ ਲਾਜ਼ਮੀ ਸੀ। ਸਵੇਰੇ ਦਲਾਨ ਵਿੱਚ ਝਾੜੂ ਦਿੰਦਿਆਂ ਬੁੱਢੀ ਨੇ ਬੇਧਿਆਨੀ ਨਾਲ ਰਹਿਮਾਨ ਦੀ ਜੁੱਤੀ ਭਰਾਂ ਸਰਕਾ ਦਿੱਤੀ ਅਤੇ ਜੁੱਤੀ ਦੀ ਅੱਡੀ ਦੂਜੀ ਜੁੱਤੀ 'ਤੇ ਫੇਰ ਜਾ ਚੜ੍ਹੀ। ਸ਼ਾਮ ਹੁੰਦਿਆਂ ਹੁੰਦਿਆਂ ਸਲਾਹ ਢਿੱਲੀ ਹੋਣ ਲੱਗੀ। ਸੌਣ ਤੋਂ ਪਹਿਲਾਂ ਅੰਬਾਲੇ ਜਾਣ ਦਾ ਖਿਆਲ ਰਹਿਮਾਨ ਦੇ ਦਿਲ ਵਿੱਚ ਕੱਚਾ ਪੱਕਾ ਸੀ। ਉਸ ਦਾ ਖਿਆਲ ਸੀ ਕਿ ਤਰਾਈ ਵਿੱਚ ਗੋਡੀ ਕਰਨ ਤੋਂ ਬਾਅਦ ਹੀ ਕਿਧਰੇ ਜਾਵੇਗਾ ਅਤੇ ਨਾਲੇ ਕੱਲ੍ਹ ਦੇ ਮੀਟ ਸਦਕਾ ਫਿਰ ਉਸਦੇ ਢਿੱਡ ਵਿੱਚ ਗੜਬੜ ਹੋਣ ਲੱਗ ਪਈ ਸੀ। ਪਰ ਸਵੇਰੇ ਜਦੋਂ ਉਸਨੇ ਫੇਰ ਜੁੱਤੀਆਂ ਦੀ ਹਾਲਤ ਵੇਖੀ ਤਾਂ ਉਸਨੇ ਸੋਚਿਆ ਕਿ ਹੁਣ ਅੰਬਾਲੇ ਜਾਏ ਬਿਨਾਂ ਛੁਟਕਾਰਾ ਨਹੀਂ ਹੋਣਾ। ਮੈਂ ਲੱਖ ਇਨਕਾਰ ਕਰਾਂ ਪਰ ਮੇਰਾ ਦਾਣਾ ਪਾਣੀ ਅਤੇ ਮੇਰੀਆਂ ਜੁੱਤੀਆਂ ਬੜੀਆਂ ਬਲਵਾਨ ਨੇ, ਉਹ ਮੈਨੂੰ ਸਫ਼ਰ 'ਤੇ ਜਾਣ ਵਾਸਤੇ ਮਜ਼ਬੂਰ ਕਰ ਰਹੇ ਨੇ। ਉਦੋਂ ਸਵੇਰ ਦੇ 7 ਵਜੇ ਸਨ
ਤੇ ਸਵੇਰ ਵੇਲੇ ਇਰਾਦੇ ਬੁਲੰਦ ਹੁੰਦੇ ਨੇ। ਰਹਿਮਾਨ ਨੇ ਫਿਰ ਆਪਣੀਆਂ ਜੁੱਤੀਆਂ ਸਿੱਧੀਆਂ ਕੀਤੀਆਂ ਤੇ ਉਹਨਾਂ ਦੀ ਨਿਗਰਾਨੀ ਕਰਨ ਲੱਗ ਪਿਆ। ਧੋਤੇ ਤੇ ਨੀਲ ਦਿੱਤੇ ਕੱਪੜੇ ਰਾਤੋ ਰਾਤ ਸੁੱਕ ਕੇ ਲਿਸ਼ਕਣ ਲੱਗ ਪਏ। ਨੀਲ ਆਪਣੇ ਆਪ ਨੂੰ ਗਵਾ ਕੇ ਸਫੇਦੀ ਨੂੰ ਕਿੰਨਾ ਉਘਾੜ ਦਿੰਦਾ ਹੈ। ਜਦੋਂ ਕਦੀ ਬੁੱਢੀ ਨੀਲ ਦੇ ਬਿਨਾਂ ਕੱਪੜੇ ਧੋਂਦੀ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਹੁਣੇ ਹੀ ਉਹਨਾਂ ਨੂੰ ਛੱਪੜ ਦੇ ਪਾਣੀ ਵਿੱਚੋਂ ਕੱਢਿਆ ਹੋਵੇ ਤੇ ਪਾਣੀ ਦੀ ਮਿਟਮੈਲੀ ਰੰਗਤ ਉਹਨਾਂ ਵਿੱਚ ਇੰਜ ਵਸ ਗਈ ਹੋਵੇ ਜਿਵੇਂ ਕਮਲੇ ਦੇ ਦਿਮਾਗ ਵਿੱਚ ਸਿਆਣਾ ਹੋਣ ਦਾ ਭਰਮ ਵਸਿਆ ਹੁੰਦਾ ਹੈ। ਜੀਨਾ ਦੀ ਮਾਂ 2-3 ਦਿਨਾਂ ਦੀ ਹਰ ਰੋਜ਼ ਉਖਲੀ ਵਿੱਚ ਜੌਂ ਕੁੱਟ ਕੇ ਸੱਤੂ ਬਣਾ ਰਹੀ ਸੀ। ਘਰੇ ਪੁਰਾਣਾ ਗੁੜ ਪਿਆ ਸੀ ਜਿਸ ਨੂੰ ਧੁੱਪ ਵਿੱਚ ਰੱਖ ਕੇ ਕੀੜੇ ਕੱਢ ਦਿੱਤੇ ਗਏ ਸਨ। ਉਸ ਦੇ ਇਲਾਵਾ ਸੁੱਕੀ ਮੱਕੀ ਦੇ ਭੁੱਟੇ ਸਨ। ਸੋ ਜੀਨਾ ਦੀ ਮਾਂ ਬੜੇ ਦਿਨਾਂ ਦੀ ਇਸ ਸਫ਼ਰ ਦੀ ਤਿਆਰੀ ਕਰ ਰਹੀ ਸੀ ਤੇ ਜੁੱਤੀ ਦਾ ਜੁੱਤੀ 'ਤੇ ਚੜ੍ਹਨਾ ਤਾਂ ਸਿਰਫ ਉਸ ਦੀ ਪੁਸ਼ਟੀ ਕਰਦਾ ਸੀ। ਬੁੱਢੀ ਦਾ ਖਿਆਲ ਸੀ ਕਿ ਇਸ ਬਹਾਨੇ ਰਹਿਮਾਨ ਦਾ ਨਵਾਂ ਚਾਦਰਾ ਵੀ ਬਣ ਜਾਏਗਾ ਤੇ ਜੀਨਾ ਲਈ ਸੌਗਾਤ ਵੀ। ਰਹਿਮਾਨ ਨੇ ਕੁਝ ਸੋਚਦਿਆਂ ਹੋਇਆਂ ਪੁੱਛਿਆ, ਜੀਨਾ ਦੀ ਮਾਂ ਭਲਾ ਨਾਂ ਕੀ ਰੱਖਿਆ ਉਹਨਾਂ ਆਪਣੇ ਨਿੱਕੇ ਦਾ? ਬੁੱਢੀ ਹੱਸ ਕੇ ਬੋਲੀ, ਸਾਹਕ, ਭਾਵ ਇਸਹਾਕ। ਹਜ਼ਰਤ ਇਬਰਾਹਿਮ ਦੇ ਸਾਹਿਬਜ਼ਾਦੇ ਦਾ ਨਾਂ, ਜਿਨ੍ਹਾਂ ਦੀ ਨਸਲ ਚੋਂ ਸਾਹਿਬਜ਼ਾਦੇ ਯਾਕੂਬ, ਮੂਸਾ ਤੇ ਈਸਾ ਵਗੈਰਾ ਅਣਗਿਣਤ ਪੈਗੰਬਰ ਔਲੀਆ ਇਸਲਾਮ ਹੋਏ। ਹੋਰ ਕੀ ਨਾਂ ਰੱਖਿਆ ਉਹਨਾਂ ਆਪਣੇ ਨਿੱਕੇ ਦਾ? ਸਾਹਕ ਤਾਂ ਰੱਖਿਆ। ਸੱਚਮੁੱਚ ਬੜਾ ਕਮਜ਼ੋਰ ਹੋ ਗਿਆ ਤੇਰਾ ਚੇਤਾ ਵੀ। ਇਸਹਾਕ ਦਾ ਨਾਂ ਰਹਿਮਾਨ ਭਲਾ ਕਿਵੇਂ ਯਾਦ ਰੱਖ ਸਕਦਾ ਸੀ? ਜਦੋਂ ਉਹ ਆਪ ਨਿੱਕਾ ਹੁੰਦਾ ਸੀ ਤਾਂ ਉਸਦਾ ਦਾਦਾ ਵੀ ਰਹਿਮਾਨ ਦਾ ਨਾਂ ਭੁੱਲ ਗਿਆ ਸੀ। ਦਾਦਾ ਖਾਂਦਾ ਪੀਂਦਾ ਆਦਮੀ ਸੀ ਤੇ ਉਸਨੇ ਚਾਂਦੀ ਦੀ ਤਖਤੀ ਉੱਤੇ ਅਰਬੀ ਸ਼ਬਦਾਂ ਵਿੱਚ ਰਹਿਮਾਨ ਲਿਖਵਾ ਕੇ ਆਪਣੇ ਪੋਤਰੇ ਦੇ ਗਲ ਵਿੱਚ ਪਾ ਦਿੱਤਾ ਸੀ। ਪਰ ਪੜ੍ਹਨਾ ਕਿਸ ਨੂੰ ਆਉਂਦਾ? ਬਸ ਉਹ ਤਖਤੀ ਨੂੰ ਦੇਖ ਕੇ ਹੱਸ ਪੈਂਦਾ। ਓਨੀ ਦਿਨੀ ਤਾਂ ਨਾਮ ਗਾਮੂ, ਸ਼ੇਰਾ, ਫੱਤੂ, ਫੱਜਾ ਵਗੈਰਾ ਹੀ ਹੁੰਦੇ ਸਨ। ਇਸਹਾਕ, ਸ਼ੋਆਬ ਵਗੈਰਾ ਨਾਂ ਤਾਂ ਹੁਣ ਕਸਬਈ ਲੋਕਾਂ ਨੇ ਰੱਖਣੇ ਸ਼ੁਰੂ ਕੀਤੇ ਸਨ। ਰਹਿਮਾਨ ਸੋਚਣ ਲੱਗਿਆ, ਸਾਹਕ ਹੁਣ 1.5 ਸਾਲ ਦਾ ਤਾਂ ਹੋ ਗਿਆ ਹੋਵੇਗਾ, ਹੁਣ ਤਾਂ ਉਸਦੀ ਧੌਣ ਵੀ ਨਹੀਂ ਝੂਲਦੀ ਹੋਣੀ। ਉਹ ਗਰਦਨ ਚੁੱਕ ਕੇ ਮੇਰੇ ਵੱਲ ਬਿਟਰ ਬਿਟਰ ਝਾਕੇਗਾ ਤੇ ਆਪਣੇ ਨਿੱਕੇ ਜਿਹੇ ਦਿਲ ਵਿੱਚ ਸੋਚੇਗਾ, ਅੱਲਾ ਜਾਣੇ ਇਹ ਬਾਬਾ ਚਿੱਟੇ ਵਾਲਾਂ ਵਾਲਾ ਬੁੜਾ ਸਾਡੇ ਘਰ ਕਿੱਥੋਂ ਆ ਗਿਆ। ਉਹ ਨਹੀਂ ਜਾਣਦਾ ਹੋਵੇਗਾ ਕਿ ਉਹ ਉਸਦਾ ਆਪਣਾ ਨਾਨਾ ਏ, ਆਪਣਾ ਨਾਨਾ ਜਿਸ ਦੇ ਮਾਸ ਮਜ੍ਹਾ ਨਾਲ ਉਹ ਖੁਦ ਵੀ ਬਣਿਆ ਏ। ਉਹ ਸੰਗ ਕੇ ਆਪਣਾ ਮੂੰਹ ਜੀਨਾ ਦੀ ਬੁੱਕਲ ਵਿੱਚ ਲੁਕੋ ਲਵੇਗਾ। ਮੇਰਾ ਜੀ ਕਰੇਗਾ ਜੀਨਾ ਨੂੰ ਵੀ ਆਪਣੀ ਗੋਦੀ ਵਿੱਚ ਚੁੱਕ ਲਵਾਂ, ਪਰ ਜਵਾਨ ਧੀਆਂ ਨੂੰ ਕੌਣ ਗੋਦੀ ਚੁੱਕਦਾ ਹੁੰਦਾ ਭਲਾ। ਐਵੇਂ ਹੀ ਇੰਨੀ ਵੱਡੀ ਹੋ ਗਈ ਜੀਨਾ। ਬਚਪਨ ਵਿੱਚ ਜਦੋਂ ਉਹ ਖੇਡ ਕੁੱਦ ਕੇ ਬਾਹਰੋਂ ਆਉਂਦੀ ਸੀ ਤਾਂ ਉਸਨੂੰ ਛਾਤੀ ਨਾਲ ਲਾ ਕੇ ਕਿੰਨੀ ਠੰਡ ਪੈ ਜਾਂਦੀ ਹੁੰਦੀ ਸੀ। ਉਨੀ ਦਿਨੀ ਇਸ ਦਿਲ ਉੱਤੇ ਇਹ ਮਗਦੀ ਹੋਈ ਪਾਥੀ ਰੱਖੀ ਮਹਿਸੂਸ ਨਹੀਂ ਸੀ ਹੁੰਦੀ। ਹੁਣ ਉਹ ਸਿਰਫ ਉਸਨੂੰ ਦੂਰੋਂ ਹੀ ਦੇਖ ਸਕੇਗਾ, ਉਸਦਾ ਸਿਰ ਪਿਆਰ ਨਾਲ ਚੁੰਮ ਲਵੇਗਾ ਤੇ ਕੀ ਉਸਨੂੰ ਉਹੀ ਤਸੱਲੀ ਮਿਲ ਸਕੇਗੀ? ਰਹਿਮਾਨ ਨੂੰ ਇਸ ਗੱਲ ਦਾ ਤਾਂ ਪੱਕਾ ਯਕੀਨ ਸੀ ਕਿ ਉਹਨਾਂ ਸਾਰਿਆਂ ਨੂੰ ਵੇਖ ਕੇ ਉਹਦਾ ਰੋਣਾ ਨਿਕਲ ਜਾਵੇਗਾ। ਉਹ ਅੱਥਰੂ ਰੋਕਣ ਦੀ ਲੱਖ ਕੋਸ਼ਿਸ਼ ਕਰੇਗਾ, ਪਰ ਉਹ ਆਪ ਮੁਹਾਰੇ ਵਹਿ ਤੁਰਨਗੇ ਕਿ ਤਲੰਗਾ ਉਸਦੀ ਧੀ ਨੂੰ ਕੁੱਟਮਾਰ ਕਰਦਾ ਹੈ। ਉਹ ਜ਼ੁਬਾਨ ਦੀ ਫਜ਼ੂਲ ਬਕ ਬਕ ਦੇ ਬਿਨਾਂ ਹੀ ਇਹ ਗੱਲ ਕਹਿ ਦੇਵੇਗਾ ਕਿ ਜੀਨੇ ਮੇਰੀ ਧੀਏ, ਤੇਰੇ ਪਿੱਛੇ ਮੈਂ ਬੜੇ ਕਰੜੇ ਦਿਨ ਵੇਖੇ ਨੇ। ਜਦੋਂ ਚੌਧਰੀ ਖੁਸ਼ਹਾਲ ਨੇ ਮੈਨੂੰ ਕੁੱਟਿਆ ਸੀ ਤਾਂ ਮੇਰੀ ਟੂਹੀ ਟੁੱਟ ਗਈ ਸੀ, ਮੈਂ ਤਾਂ ਮਰ ਹੀ ਚੱਲਿਆ ਸੀ। ਫਿਰ ਤੂੰ ਕਿੱਥੇ ਲੱਭਦੀ ਆਪਣੇ ਅੱਬਾ ਨੂੰ? ਪਰ ਅਣ ਆਈ ਕੋਈ ਮਰਦਾ ਹੁੰਦਾ? ਸ਼ਾਇਦ ਮੈਂ ਤੇਰੇ ਲਈ ਜਾਂ ਸਾਹਕੇ ਲਈ ਜਾਂ ਕਿਸੇ ਹੋਰ ਸਾਊ ਸੁਥਰੇ ਦੇ ਚਰਨਾਂ ਦੀ ਧੂੜ ਬਚ ਗਿਆ ਤੇ ਨਿੱਕੇ ਦਾ ਲਹੂ ਜੋਸ਼ ਮਾਰਨੋਂ ਰਹਿ ਜੂ। ਉਹ ਹੁਮਕ ਹੁਮਕ ਕੇ ਆਜੂ ਮੇਰੇ ਕੋਲ ਤੇ ਮੈਂ ਕਹਾਂਗਾ, ਸਾਹਕ ਬੇਟਾ ਦੇਖ ਮੈਂ ਤੇਰੇ ਲਈ ਕੀ ਲਿਆਂ, ਸੱਤੂ, ਮੱਕੀ ਦੇ ਭੂਤ ਪਿੰਨੇ ਤੇ ਖਿਡੌਣੇ ਤੇ ਹੋਰ ਬੜਾ ਛਿਤਪਤ। ਪਿੰਡ ਦੇ ਲੋਕਾਂ ਦੀ ਇਹੀ ਗਰੀਬੀ ਦਾ ਦਾਅਵਾ ਹੁੰਦਾ ਹੈ। ਨਿੱਕਾ ਬੜੀ ਮੁਸ਼ਕਲ ਨਾਲ ਦੰਦਾਂ ਨਾਲ ਪਪੋਲ ਸਕੇਗਾ ਤੇ ਜਦੋਂ ਤਲੰਗੇ ਨਾਲ ਮੇਰੀ ਤੂੰ ਤੂੰ ਮੈਂ ਹੋ ਗਈ ਤਾਂ ਮੈਂ ਬੜੀਆਂ ਖਰੀਆਂ ਖਰੀਆਂ ਸੁਣਾਵਾਂਗਾ। ਵੱਡਾ ਸਮਝਦਾ ਕੀ ਹੈ ਆਪਣੇ ਆਪ ਨੂੰ? ਕੱਲ੍ਹ ਦੀ ਭੂਤਨੀ? ਉਹ ਨਾਰਾਜ਼ ਹੋ ਜਾਵੇਗਾ। ਘਰ ਰੱਖੂ ਆਪਣੀ ਧੀ ਨੂੰ ਤੇ ਫਿਰ ਮੈਂ ਉਹਦੇ ਪੁੱਤ ਨੂੰ ਚੁੱਕੀ ਫਿਰੂੰਗਾ ਗਲੀ ਗਲੀ ਬਾਜ਼ਾਰ ਬਾਜ਼ਾਰ ਤੇ ਮੰਨ ਜਾਵੇਗਾ ਆਪੇ ਤਲੰਗਾ। ਰਹਿਮਾਨ ਨੇ ਗੋਡੀ ਦਾ ਬੰਦੋਬਸਤ ਕੀਤਾ, ਖੜੀ ਫਸਲ ਤੇ ਕੁਝ ਰੁਪਏ ਉਧਾਰ ਲਏ, ਬੋਹੀਆਂ ਚੁੱਕਿਆ ਤੇ ਸਫ਼ਰ ਖਰਚ ਨਾਲ ਬੰਨਿਆ ਤੇ ਯੱਕੇ ਤੇ ਸਵਾਰ ਹੋ ਗਿਆ। ਬੁੱਢੀ ਨੇ ਉਸਨੂੰ ਅੱਲਾ ਦੇ ਹਵਾਲੇ ਕਰਦਿਆਂ ਹੋਇਆਂ ਕਿਹਾ, ਬਸਰਾ ਪਹੁੰਚ ਜਾਵੇਗਾ ਕੁਝ ਦਿਨਾਂ ਵਿੱਚ,
मेरी जीना ते सहाके नू नाल ही लैंदा आवी, हुण पता नहीं कदों दम निकल जावे। मलका राणी तो मानकपुर पहुंचद्या पहुंचद्या रहमान ने इस हाक लई बहुत सारिया चीजा खरीद लिया। एक छोटा जिहा शीशा सी, एक स्लो लाइट का जपानी छणकना जिस विच अगे अद्धी दर्जन दे लगभग घुंगरू यकदम वज पैंदे सन। मानकपुर तो रहमान ने एक छोटा जिहा गढ़ीरा भी खरीद लिया तां कि इस हाक फड़ के तुरना सिख जावे। कदी रहमान कहिंदा अल्लाह करे इस हाक दे दंद इस दे काबल होण कि उह भूत पिन्ने खा सके। फिर एकदम उसकी इच्छा हुंदी कि उह इन्ना छोटा होवे कि तुरना भी ना सिख्या होवे ते जीना दियां गवांडणा जीना नूं कहण निक्के ने तां अपने नाने दे गढ़ीरे नाल तुरना सिख्या। ते रहमान नहीं सी जाणदा कि उह निक्के नूं वड्डा देखना चाहुंदा है जां वड्डे नूं निक्का। सिर्फ उसकी इच्छा सी कि उसदे सत्तू, उसदे भूत पिन्ने, उसका शीशा, उसका छणकना, उसका गढ़ीरा ते खरीदियां होईयां सारियां चीजां कम आ सकण। कदी उह सोचदा कि जीना पिंड दे इन्हां गरीबी तोहफ़िआं नूं पसंद करेगी, की पता है उसका दिल रखने लई इन्हां चीजां नूं वेख के गदगद ही हो जावे, पर कि उह सिर्फ मेरा जी रखने लई ही इंज करेगी। फिर तां मैनूं बड़ा दुख होएगा कि मेरे सत्तू सचमुच उसनूं पसंद नहीं आ सकते। मेरी धी नूं, मेरी जीना नूं अलिया तां पराया पेट है, वह कुछ भी पसंद नहीं करेगा, वह तां नायक है। अल्लाह जाने साहब लोकां नाल की कुछ खांदा होवेगा, वह क्यों पसंद करन लगा पिंड दे सत्तू। नानकपुर तों रवाना होण लगा रहमान कंबन लग पिया। रहमान नूं दिमागी ते शरीरक थकान कारण कुक्की जिही चढ़न लगी। रात वाले मीट ने उसके ढिड विच सुत्ता शैतान जगा दिता सी। अखां विच पीलक, अंदरूनी गर्मी की सूचक तो है ही सी, पर कुछ सफर, कुछ रात के मासाहारी खाने करके अखां विच अंग्यार भखन लग पे। रहमान ने अपने ढिड नूं दबिया, तीली वाली जगह फिर चस्कदी महसूस हुई। जीना की माँ ने एवें मीट बना लिया, पर उदों तां उसनूं दुपट्टे नाल हथ पूंजने ते मीट दोवें चीज़ां पसंद आईयां सन। रहमान नूं एक जगह पेशाब की हाजत महसूस हुई। उसने देखिया कि उसका पीला पेशाब काली भा मारन लग पिया सी। रहमान नूं फिर बहम हो गया, सो उसने सोचा कि मैनूं परहेज रखना चाहीदा सी, पुरानी बीमारी फिर जाग पई है। गड्डी विच खिड़की वाले पास्यों पुरे की वाह फराटे भरदी अंदर आ रही सी। बिरखां दे अखां सामने घूमण, कदी अखां बंद करन ते खोलण नाल रहमान नूं गड्डी बिल्कुल किसी पंगूड़े वांग अगे पिछे हिलदी महसूस हो रही सी। दो तीन स्टेशन इसे ऊंघ विच निकल गए। जदों उह करनाल तो एक दो स्टेशन उरे ही सी तां उसकी अख खुल गई। उसने देखिया कि उसकी सीट हेठों गठड़ी चोरी हो चुकी सी। सिर्फ उसके अपने गुजारे लई सत्तू ते चादर दे पल्ले नाल बन्ने भूत पिन्ने जां उस दियां पसरियां हुईयां लत्तां विचकार गढ़ीरा ही खड़ा सी। रहमान रौला पाउण लग पिया। उस डब्बे विच दो बाबू किस्म दे आदमी बैठे अखबार पढ़ रहे सन। बुढ़े नूं चीकदियां कूकदियां देख के वह कहन लगे, क्यों रौला पाई जाना बाबा, चुप करके बह जा। पर रहमान बोलता ही गया। उसकी सामने सीट उत्ते एक लापरियां मुछां वाला कॉन्सटेबल बैठा सी। रहमान ने उसनू घेर लिया ते बोलिया, तू ही मेरी गठड़ी चुकवाई है ना। कॉन्सटेबल ने एक झटके नाल रहमान नू परां तरीक दिता। उस खिचोताणी विच रहमान दा साह उखड़ गया। बाबू फिर बोलिया, तू सौ क्यों गया सी बाबा, तू निगाह रखदा अपनी गठड़ी दी, तेरी अकल किते पैरां च चली गई सी किते। रहमान उस समय सारी दुनिया नाल भिड़ जाण लई तैयार सी। उसने कॉन्सटेबल दी वर्दी पाट सुट्टी। कॉन्सटेबल ने गढ़ीरे का डंडा खिच के रहमान नूं कुटना शुरू कर दिता। उदों ही टिकट चैकर अंदर आवड़िया। उसने भी बाबू लोगों की राय नाल सहमत होकर रहमान नूं गालां कढ़नियां शुरू कर दित्तियां ते रहमान नूं हुक्म दिता कि उह करनाल पहुँच के गड्डी विच्चों उतर जावे, उसनूं रेलवे पुलिस के हवाले किया जाएगा। चैकर नाल लड़ाई विच एक लत रहमान दे ढिड विच वज्जी ते उह फर्श उत्ते लम्मा लेट गया। करनाल आ चुकिया सी रहमान। उसकी चादर ते गढ़ीरा प्लेटफॉर्म उत्ते ही ला दिता गया। गढ़ीरे का एक डंडा एक पासे खून नाल लिबड़िया होया सी अते ओ अपने ढांचे नालों वख होया पिया सी ते ओ मक्की दे भूत पिन्ने खुली हुई चादर विच्चों निकल निकल प्लेटफॉर्म उत्ते रुड़दे फिरदे सन। रहमान दे ढिड विच खासी सट वज्जी सी।
उसनू स्ट्रेचर उत्ते पा के करनाल दे हस्पताल ले जाया गया। जीना साहक अली मुहम्मद जीना दी मां एक एक करके रहमान दी नजरां सामने लंघन लगी। जिंदगी दी फिल्म किन्नी छोटी हुंदी है, इस विच मुश्किल नाल तां तीन चार आदमी ते एक दो औरतां ही आ सकदियां हन। होर मर्द ते औरतां भी आउंदियां ने पर उन्हां बारे कुछ भी तो चेते नहीं रहिंदा। जीना साहका अली मुहम्मद ते जीना दी मां जां कदी कदार उन्हां कुछ लोकां विचकार कशमकश की कोई घटना याद आ जाती है, जिमें कि प्लेटफार्म उत्ते पिया होया गडीरा ते मक्की दे रुड़े फिरदे भूत पिन्ने जिन्हां नूं खलासी वॉचमैन सिग्नल वालियां दे अवारा छोहर चुक के भज रहे सी ते उन्हां दे काले काले चेहरियां उत्ते सफेद दंद बिल्कुल उस तरह दिखाई देंदे सी जिमें उस धुंधले जिहे दृश्य विच उन्हां दा हासा उन्हां दे ठहाके जां दूर कोई पुलिसमैन अपनी डायरी विच कुछ जरूरी कुछ गैर जरूरी वेरवा लिख रहा होवे। फिर लत मारी है, इंज नहीं हो सकता। अच्छा फिर लत मारी ते फिर हस्पताल दे चिट्टे विस्तरे कफन वर्गियां सफेद चादरां मातमी चेहरियां वालियां नर्सां ते डाक्टर रहमान ने देखे। उसकी भूत पिन्या वाली चादर हस्पताल विच उसके सराहने पई सी। इह भी उत्थे ही छड आए हुंदे, रहमान ने कहा। इहदी मैनू की लोड़ सी? इस दे इलावा रहमान कोल कुछ भी नहीं सी। डॉक्टर ते नर्सां उहदे सराहने खड़े हर वारी लट्ठे दी चिट्टी चादर नूं मूँह वल खिसका दिंदे सन। रहमान नूं कैदी हाजत महसूस हुई ते नर्स ने फौरन एक चिलमची बैड दे हेठ सरका दित्ती। रहमान कह करन लई झुकिया तां उसने देखिया कि उसने अपनी जुत्ती आम वांग काल नाल मंजे को ला दित्ती सी ते जुत्ती फेर जुत्ती ते चढ़ी हुई सी। रहमान एक फिक्का जिहा ते एक निक्का जिहा हासा हसया ते बोलिया, डॉक्टर जी मैं सफर ते जाणा जी, तुसीं देख रहे हो ना मेरी जुत्ती 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 उत्ते किवें चढ़ी हुई है। डॉक्टर जवाब विच मुस्कराया ते बोलिया, हाँ बाबा तू बड़े लंबे सफर ते जाणा है। फिर रहमान दे सराहने पई चादर टोंदा होया बोलिया, पर तेरा सफर दा समान तां किन्ना थोड़ा है, आ सिर्फ एक भूत पिन्ना ते इन्ना लम्मा सफर। बस जीना जीना दी मां साका ते अली मुहम्मद जां ओह अफसोसनाक घटना। रहमान ने उस भूत पिन्ने उत्ते अपना एक हाथ रख लिया ते एक बड़े लम्मे सफर ते ओ रवाना हो गया। शुक्रिया।